ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਭਰਾਵਾਂ ਨੂੰ ਮੇਰੀ ਬੇਨਤੀ ਹੈ ਅਤੇ ਸਾਰੀਆਂ ਹੀ ਮੇਰੀ ਭੈਣਾਂ ਨੂੰ ਬੇਨਤੀ ਹੈ ਕਿ ਭੈਣੇ ਜਿਹੜੀ ਆਹ ਵੀਡੀਓ ਆ ਅਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਇਕਤਾ ਦੇ ਕੋਲ, ਕੈਪਟਨ ਕੋਲ ਭੇਜਣੀ ਆ। ਅਤੇ ਇੱਕ ਭੈਣੇ ਲੱਗਦੇ ਹੱਥਾਂ ਜਿਹੜਾ ਪੰਜਾਬ ਦਾ DGP ਹੈ, ਜੇਲ੍ਹ ਮੰਤਰੀ ਹੈ, ਇਹਨਾਂ ਕੋਲ ਵੀ ਭੈਣ ਮੇਰੀ ਇਹ ਭੇਜਿਓ ਇਹਨੂੰ। ਹੈ ਅਤੇ ਆਹ ਗੱਲ ਸੁਣ ਲਓ, ਮੇਰੀ DGP ਅਤੇ ਇੱਕ ਕੈਪਟਨ ਆ, ਜੇ ਤੇਰਾ ਨੰਬਰ ਹੁੰਦਾ ਨਾ ਮੈਂ ਤੈਨੂੰ ਫੋਨ ਕਰਨਾ ਸੀਗਾ। ਅਤੇ ਇੱਕ ਆਪਣੇ ਇੱਥੇ ਜੇਲ੍ਹ ਦੇ ਵਿੱਚ ਨਾ, ਤੁਹਾਡੀ ਆਗਿਆ ਤੋਂ ਬਿਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪਣੇ ਜਿੱਥੇ ਅਸੀਂ ਕੋਈ ਬਿਰਾਜਮਾਨ ਕਰਦੇ ਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿੱਥੋਂ ਸਾਨੂੰ ਸਿੱਖਿਆ ਮਿਲਦੀ ਹੈ, ਗੁਰੂ ਸਾਹਿਬ ਜੀ ਜਿੱਥੇ ਹਰ ਰੋਜ਼ ਬਿਰਾਜਮਾਨ ਹੁੰਦੇ ਆ, ਅਤੇ ਉੱਥੇ ਨਾ ਬੈੱਡ ਹੈ ਨਹੀਂ ਗੇ, ਅਤੇ ਇੱਕ ਬੈੱਡ ਆ ਲੱਕੜ ਦਾ, ਅਤੇ ਜਦੋਂ ਅਸੀਂ ਭੋਗ ਪਾਉਂਦੇ ਹਾਂ ਉਹੀ ਅਸੀਂ ਬਾਹਰ ਕਰਦੇ ਹਾਂ। ਅਤੇ ਕਹਿੰਦੇ ਵੀ ਇਹਨਾਂ ਦੀ ਸਰਕਾਰ ਨਹੀਂ ਸਾਨੂੰ ਕਰਨ ਦਿੰਦੀ, ਅਤੇ ਬੰਦਿਆਂ ਵਾਂਗੂ ਨਾ ਇੱਥੇ ਉਹ ਬਣਵਾ ਉਹ, ਅਤੇ ਅੱਜ ਨਾ ਸਾਡੀ ਜੇਲ੍ਹ 'ਚ ਪਾਣੀ ਹੈਗਾ। ਅਤੇ ਇਹ ਬਾਬਾ ਫਰੀਦ ਜੀ ਵਾਲਿਆਂ ਨੂੰ ਬੇਨਤੀ ਹੈ ਸਾਡੀ ਫਰੀਦਕੋਟ ਵਾਲਿਆਂ ਨੂੰ ਕਿ ਉਹ ਫਰੀਦਕੋਟ ਜੇਲ੍ਹ 'ਚ ਹੁਣੇ ਪਾਣੀ ਪਹੁੰਚਾਉਣ ਇੱਥੇ। ਅਤੇ ਕੈਪਟਨਾਂ ਜਿਹੜੀਆਂ ਤੂੰ ਸੌਹਾਂ ਸੂਹਾਂ ਖਾਣਾ ਨਾ, ਝੂਟੀਆਂ ਬੰਦ ਕਰ ਦੇ, ਤੇਰੇ ਉਲਟੇ ਦਿਨ ਸ਼ੁਰੂ ਹੋ ਗਏ ਓਏ। ਮੈਂ ਗੋਬਿੰਦਾ ਓਏ, ਮਾੜੀ ਭੈਣੀ ਪਿੰਡ ਤੋਂ ਆ ਮੈਂ, ਅਤੇ ਹੁਣ ਮੈਂ ਇੱਥੇ ਰਹਿੰਦਾ ਓਏ ਆਪਣੇ ਫਰੀਦਕੋਟ ਜੇਲ੍ਹ 'ਚ ਮੈਂ। ਬੰਦਿਆਂ ਨੂੰ ਓਏ, ਬੰਦਿਆਂ ਨੂੰ ਰਹਿ ਓਏ, ਆ ਸਾਡੀਆਂ ਭੈਣਾਂ ਮੇਰੇ ਭਰਾ ਨਸ਼ੇ ਕਰਨ ਲਾ ਤੇ ਓਏ ਤੂੰ, ਓਏ ਤੈਨੂੰ ਮਾਰਦਿਆਂ ਪਏ, ਓਏ ਤੈਨੂੰ ਅਸੀਂ, ਓਏ ਕਾਲ ਪੁਰਖ ਨੇ ਮੇਰੀ ਡਿਊਟੀ ਲਾਈ ਆ ਓਏ। ਮੈਂ ਤੈਨੂੰ ਦੱਸਤੀ ਗੱਲ, ਮੈਨੂੰ ਰੱਖਾ ਲਈ ਜਿੰਨਾ ਟਾਈਮ ਮਰਜ਼ੀ ਜੇਲ੍ਹ 'ਚ, ਮੈਨੂੰ ਜੇਲ੍ਹ ਨਹੀਂ ਉਹ ਰੋਕ ਸਕਦੀ, ਮੈਂ ਹੈਗਾ ਆਪਣੇ ਫਰੀਦਕੋਟ ਜੇਲ੍ਹ 'ਚ, ਮੈਂ ਤੈਨੂੰ ਦੱਸਤੀ ਗੱਲ ਤੈਨੂੰ। ਬੰਦਿਆਂ ਵਾਂਗੂ ਰਹਿ ਤੂੰ, ਆ ਭੈਣ ਮੇਰੀ ਏ, ਆ ਸ਼ੇਅਰ ਕਰੀਓ ਵੀਡੀਓ, ਅਤੇ ਭਰਾ ਮੇਰੇ ਇਹ ਭੇਜੋ ਕੈਪਟਨ ਕੋਲ, ਉਹ ਕੈਪਟਨ ਜੇ ਨੰਬਰ ਹੁੰਦਾ ਮੈਂ ਤੈਨੂੰ ਸਿੱਧਾ ਫੋਨ ਕਰਨਾ ਸੀਗਾ ਓਏ। ਆ ਹਰਿਮੰਦਰ ਸਾਹਿਬ ਜਾ ਕੇ ਨਾਲੇ ਮੱਥਾ ਟੇਕ ਕੇ, ਉੱਥੋਂ ਗਲਤੀ ਮੰਨੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ, ਜਿਹੜੀਆਂ ਸੌਹਾਂ ਖਾਧੀਆਂ ਤੂੰ ਬਠਿੰਡੇ ਹੋ ਜਾ ਕੇ, ਅਤੇ ਉਦੋਂ ਬਾਅਦ ਆਓ ਫਰੀਦਕੋਟ ਜੇਲ੍ਹ 'ਚ, ਇੱਥੇ ਗੁਰੂ ਗ੍ਰੰਥ ਸਾਹਿਬ ਤੋਂ ਗਲਤੀ ਮੰਨੋ ਜਾ ਕੇ, ਨਾਲੇ ਇੱਥੇ ਗਰੀਬਾਂ ਵਾਸਤੇ ਲੰਗਰ ਲਾ ਕੇ ਜਾਓ। ਇਹ ਸਾਡਾ ਘਰ ਆ ਓਏ ਜੇਲ੍ਹ, ਇਹ ਜੇਲ੍ਹ ਸਾਡਾ ਘਰ ਆ ਓਏ, ਸਾਨੂੰ ਸਾਡੇ ਘਰੇ ਨਹੀਂ ਟੇਕ ਕੇ ਤੁਸੀਂ ਰਹਿਣ ਦਿੰਦੇ ਓਏ, ਘਰੇ ਨਹੀਂ ਸਾਡੇ ਬਾਣੀ ਸਿਮਰਨ ਕਰਨ ਦਿੰਦੇ, ਨਾਲੇ ਮੇਰੀਆਂ ਭੈਣਾਂ ਉੱਧਰ ਜਨਾਣਾ ਹੱਥੇ 'ਚ, ਅਤੇ ਮੇਰੀਆਂ ਭੈਣਾਂ ਅਤੇ ਨਾਲੇ ਉੱਥੇ ਮੇਰੀਆਂ ਮਾਵਾਂ ਓਏ, ਉਹਨਾਂ ਵਾਸਤੇ ਸਪੀਕਰ ਲਾਉਣਾ ਓਏ ਤਾਰ ਵਾਸਤੇ, ਉਹ ਵੀ ਕਰਨ ਵਾਲੇ ਓਏ ਇੱਟਾਂ, ਜੇ ਸੱਚ ਜਿਹੜੀਆਂ ਤੂੰ ਸ਼੍ਰੀ ਗੁਰੂ ਜਿੱਥੇ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੁੰਦਾ ਓਏ, ਜਿਹੜੀਆਂ ਇੱਟਾਂ ਅਤੇ ਸੀਮੈਂਟ ਆ ਸਾਰਾ ਕੋਲ, ਪੱਥਰ ਪੁੱਥਰ ਸਾਰਾ ਕੋਲ, ਤੂੰ ਭੇਜਣਾ ਓਏ ਕੈਪਟਨਾ, ਤੈਨੂੰ ਦੱਸਦੀ ਗੱਲ ਓਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਦੁਖੀ ਹਾਂ ਓਏ, ਤੈਨੂੰ ਦੱਸਦੀ ਗੱਲ, ਤੂੰ ਸਾਨੂੰ ਮਜਬੂਰ ਕਰਤਾ ਓਏ, ਨਾਲੇ ਆ ਭਰਾ ਮੇਰੇ ਉਹ ਜਿਹੜੇ ਫਰੀਦਕੋਟ ਜੇਲ੍ਹ ਵਾਲੇ, ਉਹ ਨਿਸ਼ਾਨ ਜਿਹਾ ਬੈਠਾ, ਇਹਨੇ ਮੇਰੀ ਭੈਣ ਨਾਲ ਰੇਪ ਕੀਤਾ, ਇਹਨੇ ਮੇਰੀ ਭੈਣ ਨਾਲ ਬਲਾਤਕਾਰ ਕੀਤਾ ਓਏ, ਇਹ ਬੰਦਾ ਬਾਹਰ ਬੈਠਾ ਓਏ, ਇਹਨੂੰ ਮਾਰ ਦਿਓ ਓਏ, ਲੋਕੋ ਇਹਨੂੰ ਮਾਰੋ, ਇਹਨੂੰ ਮੇਰੀ ਸ਼ਰੂਤੀ ਭੈਣ ਨਾਲ ਬਲਾਤਕਾਰ ਕੀਤਾ ਨੇ ਇੱਥੇ ਓਏ ਫਰੀਦਕੋਟ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।